ਐਨਓਸੀ ਦਾ ਜਿਹੜਾ ਕਿਤੇ ਨਾ ਕਿਤੇ ਜੋ ਬਿੱਲ ਪਾਸ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਹੁਣ ਗਵਰਨਰ ਸਾਹਿਬ ਨੇ ਵੀ ਪਾਸ ਕਰ ਦਿੱਤਾ ਹੈ ਸਾਡੇ ਨਾਲ ਹਰਦੀਪ ਸਿੰਘ ਮੁੰਡੀਆਂ ਸਾਹਿਬ ਮੌਜੂਦ ਨੇ ਜਿਸ ਨੂੰ ਗੱਲਬਾਤ ਕਰਾਂਗੇ ਮੁੰਡੀਆਂ ਸਾਹਿਬ ਕਿਤੇ ਨਾ ਕਿਤੇ ਕਹਿ ਲਿਆ ਕਿ ਦੀਵਾਲੀ ਤੋਂ ਪਹਿਲਾਂ ਆਮ ਜਨਤਾ ਲਈ ਇੱਕ ਵੱਡਾ ਤੋਹਫਾ ਮਿਲ ਗਿਆ ਜਿਹੜੇ ਲੋਕ ਐਨਓਸੀ ਨੂੰ ਲੈ ਕੇ ਰਜਿਸਟਰੀਆਂ ਨਹੀਂ ਕਰਵਾ پا ਰਹੇ ਸੀਗੇ ਜਾਂ ਫਿਰ ਕਹਿ ਲਿਆ ਕਿ ਰਜਿਸਟਰੀਆਂ ਜਿਹੜੀਆਂ ਨਹੀਂ ਚੱਲ ਰਹੀਆਂ ਸੀਗੀਆਂ ਉਹ ਹੁਣ ਕਿਤੇ ਨਾ ਕਿਤੇ ਸੁਪਨਾ ਸੱਚਕਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਦੇਖੋ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਪਰਦੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਗਿਆ દિਵਾਲੀ ਤੋਹਫਾ ਦਿੱਤਾ ਗਿਆ ਜਿਹਦੇ ਵਿੱਚ ਐਨਓਸੀ ਵਾਲੀ ਜਿਹੜੀ ਸਰਤ ਸੀ ਉਹ ਹਟਾ ਦਿੱਤੀ ਗਈ 3 ਸਤੰਬਰ ਨੂੰ ਵਿਧਾਨ ਸਭਾ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮਤਾਂ ਪਾਸ ਹੋ ਕੇ ਪ੍ਰਵਾਨਗੀ ਲਈ ਮਾਂ ਜੋ ਗਵਰਨਰ ਸਾਹਿਬ ਕੋ ਗਿਆ ਜੀ ਤੇ ਮਾਂ ਜੋ ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਸਹਿਮਤੀ ਦੇ ਦਿੱਤੀ ਗਈ ਸੋ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ 10 ਸਾਲਾਂ ਤੋਂ 15 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਤੋਂ ਖੱਜਲ ਖਵਰੀ ਲੋਕਾਂ ਦੀ ਹੋ ਰਹੀ ਸੀ ਲੋਕਾਂ ਨੂੰ ਮੀਟਰ ਨਹੀਂ ਲੱਗ ਰਹੀ ਸੀ ਰਿਸ਼ਤੀਆਂ ਨਹੀਂ ਹੋ ਰਹੀਆਂ ਸੀ ਸੋ ਇਹ ਸ਼ਰਤ ਨੂੰ ਹਟਾ ਦਿੱਤਾ ਗਿਆ ਤੇ ਪੰਜਾਬੀਆਂ ਲਈ ਬਹੁਤ ਵੱਡੀ ਅੱਜ ਖੁਸ਼ੀ ਦਾ ਦਿਨ ਹੈ ਸੋ ਮੈਂ ਪੂਰੇ ਪੰਜਾਬੀਆਂ ਨੂੰ ਇਹ ਮੁਬਾਰਕਵਾਦ ਦਿੰਦਾ ਮਨੀਆ ਸਾਹਿਬ ਜਿੱਥੇ ਇਹ ਗੱਲ ਕੀਤੀ ਜਾਂਦੀ ਹੈ ਇਸ ਨੂੰ ਲਾਗੂ ਕਰਨ ਦੀ ਹਾਲਾਂਕਿ ਗਵਰਨਰ ਸਾਹਿਬ ਦੇ ਸਾਈਨ ਹੋ ਗਏ ਔਰ ਜਨਤਾ ਦਾ ਕਿਤਰਾ ਕਿਤੇ ਸਵਾਲ ਹੁਣ ਬਣਿਆ ਹੋਇਆ ਹੈ ਕਹਿੰਦੇ ਕਿ ਅਸੀਂ ਹੁਣ ਤਹਿਸੀਲ ਜਾਈਏ ਸਾਡੇ ਪੁਰਾਣੇ ਬਿਆਨੇ ਹੋਣ ਤੇ ਉੱਥੇ ਫਿਰ ਐਨਓਸੀ ਵਾਲੀ ਸ਼ਰਤ ਦੀ ਕੋਈ ਪੁੱਛੇਗਾ ਤਾਂ ਨਹੀਂ ਇਹ ਕਦੋਂ ਤੱਕ ਲਾਗੂ ਹੋ ਜਾਏਗੀ ਜ਼ਮੀਨੀ ਪੱਧਰ ਤੇ 31 ਜੁਲਾਈ ਤੱਕ ਦੇ ਜਿਨ੍ਹਾਂ ਦੇ ਕੋਲ ਬਿਆਨ ਨੇ ਹੈ ਪਾਵਰ ਆਸਟਾਰਨੀਆ ਕੋਈ ਇਦਲੀ ਨੋਟੀਫਿਕੇਸ਼ਨ ਦੇ ਲਈ ਪੰਜ ਹਫਤਾ ਤੱਕ ਜਾਂ 10 ਦਿਨ ਬਾਅਦ ਤੋ ਲੱਗਣਗੇ ਤੇ 10 ਦਿਨ ਤੋਂ ਬਾਅਦ ਦੀਵਾਲੀ ਤੋਂ ਬਾਅਦ ਇਹ ਆਪਣੇ ਰਿਸ਼ਤੀਆਂ ਕਰਾਉਣ ਜਾਣ ਤੇ ਇਹ ਦੇਖੋ ਜਦੋਂ ਸਰਕਾਰ ਨੂੰ ਮਨਜ਼ੂਰੀ ਹੋ ਗਈ ਗਵਰਨਰ ਸਾਹਿਬ ਨੇ ਸਹਿਮਤੀ ਦਿੱਤੀ ਤੇ ਇਹ ਹੁਣ ਕਾਨੂੰਨ ਬਣ ਗਿਆ ਕਾਨੂੰਨ ਦੀ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਤੇ ਲੋਕਾਂ ਨੂੰ ਖੱਜਲ ਖਵਰੀ ਨਹੀਂ ਹੋਏਗੀ ਜਿਹੜੀ ਪਿਛਲੀਆਂ ਸਰਕਾਰਾਂ ਅਜ ਕਰਦੀ ਪੈਂਦੀ ਸੀ ਕਿ ਲੋਕਾਂ ਨੂੰ ਵਿਚਾਰਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਕੁਠੇ ਦਾਅਵੇ ਕੀਤੇ ਗਏ ਇਹ ਪਹਿਲੀ ਮਹਾਨ ਸਰਕਾਰ ਹੈ ਜਿਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨੇ ਜੋ ਵੀ ਵਾਦਾ ਕੀਤਾ ਉਹ ਪੂਰਾ ਕੀਤਾ ਵਾਦੇ ਘੱਟ ਕੀਤੇ ਗਰੰਟੀਆਂ ਦਿੱਤੀਆਂ ਤੇ ਗਰੰਟੀਆਂ ਪੂਰੀਆਂ ਕੀਤੀ ਇਹ ਚ ਰੈਵਨਿਊ ਚ ਵਾਦਾ ਹੋਣ ਦੀ ਉਮੀਦ ਹੈਗੀ ਦੇਖੋ ਰੈਵਨਿਊ ਵਾਧਾ ਹੋਵੇਗਾ ਪਰ ਨਾਲ ਦੀ ਨਾਲ ਲੋਕਾਂ ਦੀ ਖੱਜਲ ਖਵਾਰੀ ਖਤਮ ਕੀਤੀ ਸਾਡਾ ਨਾ ਹਰਦੀਪ ਸਿੰਘ ਮੁੰਡੀਆ ਜੋ ਕਿ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿਹੜਾ ਇੱਕ ਦੀਵਾਲੀ ਦਾ ਤੋਹਫਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਐਨਓਸੀ ਦੀ ਸ਼ਰਤ ਜਿਹੜੀ ਖਤਮ ਕੀਤੀ ਗਈ ਔਰ ਧਿਆਨ ਇਸ ਗੱਲ ਨੂੰ ਰੱਖਣਾ ਪਏਗਾ ਕਿ ਜਿਨ੍ਹਾਂ ਦੇ ਕਹਿ ਸਕਦੇ ਆ ਕਿ ਬਿਆਨੇ ਜਾਂ ਫਿਰ ਕੋਈ ਐਗਰੀਮੈਂਟ ਜਿਹੜੇ 31 ਜੁਲਾਈ 2024 ਤੋਂ ਪਹਿਲਾਂ ਦੇ ਹੋਏ ਹੋਏ ਸੀਗੇ ਉਹਨਾਂ ਦੀ ਐਨਓਸੀ ਦੀ ਸ਼ਰਤ ਜਿਹੜੀ ਹੈ ਉਹ ਖਤਮ ਹੋਈ ਹੈ ਔਰ ਆਉਂਦੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਜਿੰਨੀਆਂ ਰਜਿਸਟਰੀਆਂ ਉਸ ਤੋਂ ਬਾਅਦ ਹੋਣਗੀਆਂ ਸਿਰਫ ਲੀਗਲਾਈਜ਼ ਕਾਲਜਿਸ ਦੀਆਂ ਨਹੀਂ ਹੋਣਗੀਆਂ ਕੈਮਰਾ ਪਰਸਨ ਚੇਵਾ ਦੇ ਨਾਲ ਸਾਹਿਨੂਣਾ ਲਿਵਿੰਗ ਇਨ ਅ ਨਿਊਜ਼ ਚੰਡੀਗੜ੍ਹ ਐਨਓਸੀ ਦਾ ਜਿਹੜਾ ਕਿਤੇ ਨਾ ਕਿਤੇ ਜੋ ਬਿੱਲ ਪਾਸ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਹੁਣ ਗਵਰਨਰ ਸਾਹਿਬ ਨੇ ਵੀ ਪਾਸ ਕਰ ਦਿੱਤਾ ਹੈ ਸਾਡੇ ਨਾਲ ਹਰਦੀਪ ਸਿੰਘ ਮੁੰਡਿਆ ਸਾਹਿਬ ਮੌਜੂਦ ਨੇ ਜਿਸ ਨੂੰ ਗੱਲਬਾਤ ਕਰਾਂਗੇ ਮੁੰਡਿਆ ਸਾਹਿਬ ਕਿਤੇ ਨਾ ਕਿਤੇ ਕਹਿ ਲਿਆ ਕਿ ਦੀਵਾਲੀ ਤੋਂ ਪਹਿਲਾਂ ਆਮ ਜਨਤਾ ਲਈ ਇੱਕ ਵੱਡਾ ਤੋਹਫਾ ਮਿਲ ਗਿਆ ਜਿਹੜੇ ਲੋਕ ਐਨਓਸੀ ਨੂੰ ਲੈ ਕੇ ਰਜਿਸਟਰੀਆਂ ਨਹੀਂ ਕਰਵਾ پا ਰਹੇ ਸੀਗੇ ਜਾਂ ਫਿਰ ਕਹਿ ਲਿਆ ਕੀ ਰਜਿਸਟਰੀਆਂ ਜਿਹੜੀਆਂ ਨਹੀਂ ਚੱਲ ਰਹੀਆਂ ਸੀਗੀਆਂ ਉਹ ਹੁਣ ਕਿਤੇ ਨਾ ਕਿਤੇ ਸੁਪਨਾ ਸੱਚਕਾਰ ਹੁੰਦਾ ਹੋਇਆ ਨਜ਼ਾਰਾ ਹੈ ਲੋਕਾਂ ਦਾ ਦੇਖੋ ਮਾਝਾ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਪਰਦੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਗਿਆ દિਵਾਲੀ ਤੋਹਫਾ ਦਿੱਤਾ ਗਿਆ ਜਿਹਦੇ ਵਿੱਚ ਐਨਓਸੀ ਵਾਲੀ ਜਿਹੜੀ ਸਰਤ ਸੀ ਉਹ ਹਟਾ ਦਿੱਤੀ ਗਈ 3 ਸਤੰਬਰ ਨੂੰ ਵਿਧਾਨ ਸਭਾ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮਤਾ ਪਾਸ ਹੋ ਕੇ ਪ੍ਰਵਾਨਗੀ ਲਈ ਮਾਝਾ ਗਵਰਨਰ ਸਾਹਿਬ ਕੋ ਗਿਆ ਜੀ ਤੇ ਮਾਝਾ ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਤੇ ਸਹਿਮਤੀ ਦੇ ਦਿੱਤੀ ਗਈ ਸੋ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ 10 ਸਾਲਾਂ ਤੋਂ 15 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਤੋਂ ਖੱਜਲ ਖੋਰੀ ਲੋਕਾਂ ਦੀ ਹੋ ਰਹੀ ਸੀ ਲੋਕਾਂ ਨੂੰ ਮੀਟਰ ਨਹੀਂ ਲੱਗ ਰਹੇ ਸੀ ਰਿਸ਼ਟੀਆਂ ਨਹੀਂ ਹੋ ਰਹੀਆਂ ਸੀ ਸੋ ਇਹ ਸ਼ਰਤ ਨੂੰ ਹਟਾ ਦਿੱਤਾ ਗਿਆ ਤੇ ਪੰਜਾਬੀਆਂ ਲਈ ਬਹੁਤ ਵੱਡੀ ਅੱਜ ਖੁਸ਼ੀ ਦਾ ਦਿਨ ਹੈ ਸਮਾਪੂਰ ਪੰਜਾਬੀਆਂ ਨੂੰ ਇਹ ਮੁਬਾਰਕਵਾਦ ਇਹ ਮੁਨੀਰ ਸਾਹਿਬ ਜਿੱਥੇ ਗੱਲ ਕੀਤੀ ਜਾਂਦੀ ਹੈ ਇਸ ਨੂੰ ਲਾਗੂ ਕਰਨ ਦੀ ਹਾਲਾਂਕਿ ਗਵਰਨਰ ਸਾਹਿਬ ਦੇ ਸਾਈਨ ਹੋ ਗਏ ਔਰ ਜਨਤਾ ਦਾ ਕਿਤਰਾ ਕਿਤਰਾ ਇਹ ਸਵਾਲ ਹੁਣ ਬਣਿਆ ਹੋਇਆ ਹੈ ਕਿ ਕਦ ਤੱਕ ਅਸੀਂ ਹੁਣ ਤਹਿਸੀਲ ਜਾਈਏ ਸਾਡੇ ਪੁਰਾਣੇ ਬਿਆਨੇ ਹੋਣ ਤੇ ਉੱਥੇ ਫਿਰ ਐਨਓਸੀ ਵਾਲੀ ਸ਼ਰਤ ਦੀ ਕੋਈ ਪੁੱਛੇਗਾ ਤਾਂ ਨਹੀਂ ਇਹ ਕਦੋਂ ਤੱਕ ਲਾਗੂ ਹੋ ਜਾਏਗੀ ਜ਼ਮੀਨੀ ਪੱਧਰ ਤੇ 31 ਜੁਲਾਈ ਤੱਕ ਦੇ ਜਿਨ੍ਹਾਂ ਦੇ ਕੋਲ ਬਿਆਨੇ ਆ ਪਾਵਰ ਆਸਟਾਰਨੀਆਂ ਕੋਈ ਐਗਰੀਮੈਂਟ ਹੈ ਉਹਨਾਂ ਨੂੰ ਇਸ ਹਲ ਦਿੱਤੀ ਗਈ ਇਦਲੀ ਨੋਟੀਫਿਕੇਸ਼ਨ ਦੇ ਲਈ ਪੰਜ ਹਫਤਾ ਤੱਕ ਜਾਂ 10 ਦਿਨ ਬਾਅਦ ਤੋ ਲੱਗਣਗੇ ਤੇ 10 ਦਿਨ ਤੋਂ ਬਾਅਦ ਦੀਵਾਲੀ ਤੋਂ ਬਾਅਦ ਇਹ ਆਪਣੇ ਰਿਸ਼ਤੀਆਂ ਕਰਾਉਣ ਜਾਣ ਤੇ ਇਹ ਦੇਖੋ ਜਦੋਂ ਸਰਕਾਰ ਨੂੰ ਮਨਜ਼ੂਰੀ ਹੋ ਗਈ ਗਵਰਨਰ ਸਾਹਿਬ ਨੇ ਸਹਿਮਤੀ ਦਿੱਤੀ ਤੇ ਇਹ ਹੁਣ ਕਾਨੂੰਨ ਬਣ ਗਿਆ ਕਾਨੂੰਨ ਦੀ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਤੇ ਲੋਕਾਂ ਨੂੰ ਖੱਜਲ ਖਵਰੀ ਨਹੀਂ ਹੋਏਗੀ ਜਿਹੜੀ ਪਿਛਲੀਆਂ ਸਰਕਾਰਾਂ ਅਜ ਕਰਦੀ ਪੈਂਦੀ ਸੀ ਕਿ ਲੋਕਾਂ ਨੂੰ ਵਿਚਾਰਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਕੁਠੇ ਦਾਅਵੇ ਕੀਤੇ ਗਏ ਇਹ ਪਹਿਲੀ ਮਹਾਨ ਸਰਕਾਰ ਹੈ ਜਿਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨੇ ਜੋ ਵੀ ਵਾਦਾ ਕੀਤਾ ਉਹ ਪੂਰਾ ਕੀਤਾ ਵਾਦੇ ਘੱਟ ਕੀਤੇ ਗਰੰਟੀਆਂ ਦਿੱਤੀਆਂ ਤੇ ਗਰੰਟੀਆਂ ਪੂਰੀਆਂ ਕੀਤੀ ਇਹ ਚ ਰੈਵਨਿਊ ਚ ਵਾਦਾ ਹੋਣ ਦੀ ਉਮੀਦ ਹੈਗੀ ਦੇਖੋ ਰੈਵਨਿਊ ਵਾਧਾ ਹੋਵੇਗਾ ਪਰ ਨਾਲ ਦੀ ਨਾਲ ਲੋਕਾਂ ਦੀ ਖੱਜਲ ਖਵਾਰੀ ਖਤਮ ਕੀਤੀ ਸਾਡਾ ਨਾ ਹਰਦੀਪ ਸਿੰਘ ਮੁੰਡੀਆ ਜੋ ਕਿ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿਹੜਾ ਇੱਕ ਦੀਵਾਲੀ ਦਾ ਤੋਹਫਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਐਨਓਸੀ ਦੀ ਸ਼ਰਤ ਜਿਹੜੀ ਖਤਮ ਕੀਤੀ ਗਈ ਔਰ ਧਿਆਨ ਇਸ ਗੱਲ ਨੂੰ ਰੱਖਣਾ ਪਏਗਾ ਕਿ ਜਿਨ੍ਹਾਂ ਦੇ ਕਹਿ ਸਕਦੇ ਆ ਕਿ ਬਿਆਨੇ ਜਾਂ ਫਿਰ ਕੋਈ ਐਗਰੀਮੈਂਟ ਜਿਹੜੇ 31 ਜੁਲਾਈ 2024 ਤੋਂ ਪਹਿਲਾਂ ਦੇ ਹੋਏ ਹੋਏ ਸੀਗੇ ਉਹਨਾਂ ਦੀ ਐਨਓਸੀ ਦੀ ਸ਼ਰਤ ਜਿਹੜੀ ਹੈ ਉਹ ਖਤਮ ਹੋਈ ਹੈ ਔਰ ਆਉਂਦੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਜਿੰਨੀਆਂ ਰਜਿਸਟਰੀਆਂ ਉਸ ਤੋਂ ਬਾਅਦ ਹੋਣਗੀਆਂ ਸਿਰਫ ਲੀਗਲਾਈਜ਼ ਕਾਲਜਿਸ ਦੀਆਂ ਨਹੀਂ ਹੋਣਗੀਆਂ ਕੈਮਰਾ ਪਰਸਨ Shiva Al Sahindrula, living in the news, Chandigarh.